बिस्मिल्लाहिर्रहमानिर्रहीम अस्सलाम वालेकुम व्यूअर्स, उम्मीद करते हैं अगर तुम ठीक होगे। अल्लाह तआला दे फज़ल करम नाल तुसीं भी ठीक आ, लाइफ तो बड़ी अच्छी गल बन तुहाडा। अल्लाह तआला दुआ है कि तुहानूं खुश रखे, आबाद रखे, सेहतों दा रिज़्क़ अता फरमाए, बीमार बीमारी तो दूर रखे। आमीन। हांजी जी, अज लगे हाँ तैयार करन आलू गोभी, पंजाबी डिश। अज शाम के खाने के लिए बनावांगे आलू गोभी का सालन। मेरे चैनल लाइक और सब्सक्राइब लाजमी करो। ਹਾਂਜੀ, ਆਲੂਆਂ ਦੀ ਕਟਾਈ ਕਰਕੇ ਰੱਖੀ ਆ, ਆਲੂਆਂ ਦੀ ਕਟਾਈ ਕਰ ਲਈ ਆ। ਔਰ ਹੁਣ ਕਰ ਲੈਂਦੇ ਹਾਂ ਗੋਭੀ ਦੀ ਕਟਾਈ। ਹਾਂਜੀ ਜੀ, ਮੰਮਾ ਜੀ ਨੇ ਉੱਪਰ ਤੁਰਕਾ ਰੱਖ ਲਿਆ ਵਾ, ਆਲੂ ਗੋਭੀ ਦਾ ਮਸਾਲਾ ਤਿਆਰ ਹੋ ਰਿਹਾ ਆ। ਜੀ ਨਾਲ ਆਟਾ ਵੀ ਗੁੰਨ ਲੈਂਦੇ ਹਾਂ। ਹਾਂਜੀ ਜੀ, ਗੋਭੀ ਦੀ ਕਟਾਈ ਹੋ ਗਈ ਆ, ਕਰਾ ਦਈਏ ਮੰਮਾ ਜੀ ਨੂੰ। ਹਾਂਜੀ ਜੀ, ਮੰਮਾ ਜੀ ਕਹਿ ਰਹੇ ਆ ਗੋਭੀ ਦਾ ਮਸਾਲਾ ਤਿਆਰ। ਤਦ ਤੱਕ ਦੂਰ ਦਾ ਟਾਈਮ ਹੋ ਗਿਆ, ਗੰਨ ਦਾ ਦੂਰ ਕੱਢਣਾ ਵਾ, ਤਦ ਤੱਕ ਦੂਰ ਨਿਕਾਲ ਲਿਓ। ਦੂਰ ਅਸੀਂ ਨਿਕਾਲ ਦਿਆ ਵਾ। ਮਸਾਲਾ ਵੀ ਰੈਡੀ ਕਰ ਲਿਆ, ਹੁਣ ਮੰਮਾ ਜੀ ਵੀ ਅਸੀਂ ਐਡ ਕਰਨ ਲੱਗੇ ਆ ਆਲੂ।
ਹਾਂਜੀ ਜੀ, ਆਲੂਆਂ ਦੇ ਨਾਲ ਵਿੱਚ ਮਿਕਸ ਕਰਾਂਗੇ ਮਸਾਲਾ ਪੀਸਿਆ ਹੋਇਆ ਮਸਾਲਾ, ਔਰ ਇਹਦੇ ਵਿੱਚ ਸੁੱਕਾ ਧਨੀਆ ਵੀ ਪੀਸਿਆ ਵਾ, ਇਹ ਵਿੱਚ ਮਿਕਸ ਕਰ ਦਾਂਗੇ। ਹਾਂਜੀ ਜੀ, ਆਲੂ ਬਿਲਕੁਲ ਭੁੱਜ ਗਏ ਆ, ਮੰਮਾ ਜੀ ਇਹਦੇ ਵਿੱਚ ਐਡ ਕਰਨ ਲੱਗੇ ਆ ਗੋਭੀ। ਹਾਂਜੀ ਜੀ, ਗੋਭੀ ਨੂੰ ਹੁਣ ਅੱਛੇ ਤਰੀਕੇ ਨਾਲ ਮਸਾਲੇ ਦੇ ਵਿੱਚ ਮਿਕਸ ਕਰ ਦਾਂਗੇ। ਹਾਂਜੀ ਜੀ, ਆਲੂ ਗੋਭੀ ਦਾ ਸਾਲਣ ਸਾਡਾ ਬਿਲਕੁਲ ਰੈਡੀ ਹੋ ਗਿਆ ਵਾ। ਇਹਦੇ ਵਿੱਚ ਪਾ ਦਾਂਗੇ ਦੁਬਾਰਾ ਗਰਮ ਮਸਾਲਾ ਸੁੱਕਾ ਧਨੀਆ ਪੀਸਿਆ ਹੋਇਆ ਪਾ ਦਾਂਗੇ, ਔਰ ਖੜਾ ਧਨੀਆ ਅੱਛੇ ਤਰੀਕੇ ਨਾਲ ਕਰ ਦਾਂਗੇ ਵਿੱਚ। ਹਾਂਜੀ ਜੀ, ਆਲੂ ਗੋਭੀ ਦਾ ਸਾਲਣ ਬਿਲਕੁਲ ਟੇਸਟੀ ਡਿਸ਼ ਰੈਡੀ ਹੋ ਗਈ ਆ। ਇਹ ਸੀ ਸਾਡੀ ਅੱਜ ਦੀ ਵੀਡੀਓ, ਮਿਲਾਂਗੇ ਹੁਣ ਤੁਹਾਡੇ ਨਾਲ ਅਗਲੀ ਵੀਡੀਓ 'ਚ। ਦੁਆਵਾਂ 'ਚ ਸਾਨੂੰ ਯਾਦ ਰੱਖਿਓ, ਲਾਈਕ ਔਰ ਸਬਸਕ੍ਰਾਈਬ ਲਾਜ਼ਮੀ ਕਰਿਓ, ਕਮੈਂਟ ਵਿੱਚ ਦੱਸਿਓ ਕਿ ਮੇਰੀ ਅੱਜ ਦੀ ਰੈਸਪੀ ਕੈਸੀ ਬਣੀ ਆ। ਖੁਦਾ ਹਾਫਿਜ਼।